ਮੌਸਮ ਦਾ ਬਦਲਿਆ ਮਿਜ਼ਾਜ, ਲਗਾਤਾਰ ਗਰਮੀ ਪੈਣ ਤੋਂ ਬਾਅਦ ਹੁਣ ਮੁੜ ਬਾਰਿਸ਼ ਹੋਈ ਹੈ ਕਿ ਪੰਜਾਬ ਦੇ ਲੋਕ ਬਾਗੋ ਬਾਗ ਹੋ ਚੁੱਕੇ ਨੇ। ਕਿਤੇ ਭੰਗੜੇ ਪੈ ਰਹੇ ਨੇ, ਕਿਤੇ ਖੁਸ਼ੀ ਜ਼ਾਹਰ ਮਨਾਈ ਜਾ ਰਹੀ, ਕਿਤੇ ਨੱਚਿਆ ਜਾ ਰਿਹਾ, ਕਿਤੇ ਬਾਰਿਸ਼ ਵਿੱਚ ਨਹਾ ਕੇ ਬੱਚਿਆਂ ਵੱਲੋਂ ਖੁਸ਼ੀ ਮਨਾਈ ਜਾਂਦੀ ਪੀਗੀ। ਲੇਕਿਨ ਬਾਰਿਸ਼ ਜ਼ਰੂਰ ਹੋਈ ਹੈ, ਲੇਕਿਨ ਥੋੜ੍ਹੀ ਬਾਰਿਸ਼ ਹੋਈ ਪੰਜਾਬ ਦੇ, ਜਿੱਥੋਂ ਕਿ ਲੋਕਾਂ ਨੂੰ ਥੋੜ੍ਹੀ ਬਹੁਤੀ ਦਾ ਰਾਹਤ ਜ਼ਰੂਰ ਮਿਲੀ ਹੈਗੀ ਹੈ। ਲੇਕਿਨ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈਗਾ ਕਿ ਇੰਨੀ ਬਾਰਿਸ਼ ਨਾਲ ਤਾਂ ਕੁਛ ਖਾਸ ਫਰਕ ਨਹੀਂ ਪਵੇਗਾ। ਲੇਕਿਨ ਕਿਤੇ ਨਾ ਕਿਤੇ ਗਰਮੀ ਦੇ ਮੌਸਮ ਦੇ ਵਿੱਚ ਇੰਨੀ ਬਾਰਿਸ਼ ਵੀ ਪੈਣਾ ਹਰ ਕਿਸੇ ਦਾ ਇੱਕ ਖੁਸ਼ੀ ਦਾ ਮਾਹੌਲ ਤਾਂ ਬਣ ਹੀ ਜਾਂਦਾ ਗਾ ਆ। ਪਾਰਾ ਜ਼ਰੂਰ ਹੁਣ ਟੈਂਪਰੇਚਰ ਜ਼ਰੂਰ ਫਰਕ ਪੈ ਚੁੱਕਾ ਆ ਕੁਛ। ਅੱਜ ਦੇ ਦਿਨ ਦੀ ਗੱਲ ਕਰੀਏ, ਥੋੜ੍ਹਾ ਗਰਮੀ ਤੋਂ ਰਾਹਤ ਤਾਂ ਮਿਲਦੀ ਪਈਗੀ ਆ, ਲੇਕਿਨ ਨਾਲ ਦੇ ਨਾਲ ਜਿਵੇਂ ਜਿਵੇਂ ਸੂਰਜ ਫਿਰ ਚਮਕਣਾ ਸ਼ੁਰੂ ਹੋ ਗਿਆ ਅਤੇ ਉਸੇ ਤਰ੍ਹਾਂ ਹੀ ਗਰਮੀ ਦਾ ਮਿਜ਼ਾਜ ਵਧਣਾ ਸ਼ੁਰੂ ਹੋ ਚੁੱਕਾ ਗਾ। ਕਿਉਂਕਿ ਬਾਰਿਸ਼ ਪੈਣ ਦੇ ਨਾਲ ਜਿੱਥੇ ਥੋੜ੍ਹੀ ਬਹੁਤੀ ਰਾਹਤ ਮਿਲੀ, ਉੱਥੇ ਨਾਲ ਦੇ ਨਾਲ ਹੁਣ ਫਿਰ ਤੋਂ ਸੂਰਜ ਉਸੇ ਤਰ੍ਹਾਂ ਚਮਕਣ ਦੇ ਨਾਲ ਗਰਮੀ ਦਾ ਉਸੇ ਤਰ੍ਹਾਂ ਹੀ ਅਸਰ ਨਜ਼ਰ ਆਉਣਾ ਸ਼ੁਰੂ ਹੋ ਚੁੱਕਾ। ਅਤੇ ਸੂਰਜ ਤੁਹਾਨੂੰ ਹੁਣੇ ਪਏ ਬਾਰਿਸ਼ ਪੈਣ ਦੀਆਂ, ਜਿੱਥੇ ਕਿ ਅੰਮ੍ਰਿਤਸਰ ਦੇ ਲੋਕ, ਪੰਜਾਬ ਦੇ ਲੋਕ ਖੁਸ਼ੀ ਜ਼ਾਹਰ ਕਰਦੇ ਪਏ ਨੇ, ਆਪੋ ਆਪਣੇ ਸੁਝਾਅ ਦਿੰਦੇ ਪਏ ਨੇ।